ਅੱਜ ਅਸੀਂ ਜਨਾਬ ਤਾਂਦਲੇ ਮੰਡੀ ਦਾ ਜਨਾਬ ਵਿਜ਼ਿਟ ਕਰਨ ਲੱਗੇ ਹਾਂ ਅਤੇ ਜਾਨਵਰ ਅਸੀਂ ਤੁਹਾਨੂੰ ਇੱਥੇ ਦਿਖਾਵਾਂਗੇ ਇਨਸ਼ਾਅੱਲਾ। ਅੱਛੇ ਜਾਨਵਰ ਕੋਸ਼ਿਸ਼ ਕਰਾਂਗੇ ਜਨਾਬ, ਅੱਛੇ ਜਾਨਵਰ ਅਸੀਂ ਤੁਹਾਨੂੰ ਦਿਖਾਈਏ ਅਤੇ ਮਾਸ਼ਾਅੱਲਾ ਇਹ ਜਾਨਵਰ ਖਲੋਤੇ ਹੋਏ ਜੇ, ਇਹ ਜਾਨਵਰ ਤੁਹਾਨੂੰ ਅਸੀਂ ਦਿਖਾਉਣੇ ਹਾਂ ਔਰ ਇਹਨਾਂ ਦੀਆਂ ਜਨਾਬ ਕੀਮਤਾਂ ਵਗੈਰਾ ਵੀ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਦੀਆਂ ਕੀਮਤਾਂ ਵਗੈਰਾ ਕੀ ਹੈਗੀਆਂ ਨੇ। ਅਤੇ ਜਨਾਬ ਅਸੀਂ ਮੰਡੀ ਦਾ ਵਿਜ਼ਿਟ ਕਰ ਰਹੇ ਹਾਂ ਜਨਾਬ, ਤਾਂਦਲਾ ਮੰਡੀ, ਅਤੇ ਤਾਂਦਲਾ ਮੰਡੀ ਦਾ ਜਨਾਬ ਅਸੀਂ ਵਿਜ਼ਿਟ ਕਰ ਰਹੇ ਹਾਂ ਅਤੇ ਇੱਥੋਂ ਦੇ ਜਾਨਵਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹ ਸਾਹਮਣੇ ਘੋੜਾ ਖਲੋਤਾ ਜੇ, ਸਾਵੇ ਕਲਰ ਦਾ ਘੋੜਾ ਖਲੋਤਾ ਜੇ। ਪਹਿਲੇ ਤਾਂ ਤੁਹਾਨੂੰ ਇਹ ਜਾਨਵਰ ਤੁਹਾਨੂੰ ਦਿਖਾ ਦਿੰਦੇ ਹਾਂ ਅਤੇ ਮਾਸ਼ਾਅੱਲਾ। ਅਸਲਾਮੁ ਅਲੈਕੁਮ ਜਨਾਬ, ਬਿਸਮਿਲ੍ਲਾ ਜਨਾਬ, ਮੈਂ ਤਾਂ ਬਿਮਾਰ ਹੋ ਗਿਆ, ਡਿੱਗ ਪਿਆ ਸਾਂ, ਪਿਆ ਹੁਣ ਕੁਛ ਬਿਹਤਰ ਹੋਇਆ ਅਤੇ ਮੈਂ ਆਖਿਆ ਚੱਲ ਯਾਰ ਕੋਈ ਕਰੀਏ ਉਹ ਬੱਚੇ, ਅਤੇ ਇਹ ਦੱਸਿਆ ਜੇ ਇਹਦਾ ਕੋਈ ਇਹ ਜੀ ਡਾਂਸਰ ਘੋੜਾ। ਅੱਛਾ, ਘੋੜੇ ਦੇ ਨਾਲ ਹੀ ਥੋੜ੍ਹਾ ਜਿਹਾ ਅੱਛਾ ਡਾਂਸ ਕਰਦਾ, ਅਤੇ ਇਹਦੇ ਜਨਾਬ ਕਿੰਨੇ ਪੈਸੇ ਜੇ? ਅਤੇ ਉਮਰ ਕਿੰਨੀ ਇਹਦੀ? ਸ਼ੁਰੂ 5। ਲਓ ਜੀ ਅਗਲੇ ਕੋਲੇ ਆ ਜਾਓ, ਆਹ ਮੁਸ਼ਕਾ ਜਿਹੜਾ, ਹਾਂਜੀ ਜੀ, ਧਮਾਲ ਕਰਦਾ ਹੈ, ਓਕੇ, ਇਸਦਾ ਵੀ 1.5 ਲੱਖ ਰੁਪਈਆ ਫਾਈਨਲ। 1.5 ਲੱਖ ਰੁਪਈਆ ਫਾਈਨਲ, ਠੀਕ ਹੋ ਗਿਆ। ਅਤੇ ਉਹ ਉਹਦਾ 2 ਲੱਖ ਰੁਪਈਆ ਸੂਣ ਵਾਲੀ, ਉਹਦਾ ਕਿੰਨੇ ਮਹੀਨੇ ਦੀ ਸੂਣ ਆ? 7ਵਾਂ ਮਹੀਨਾ, ਇਹ ਤਾਂ ਐਂਡ ਦੀ ਆਈ ਪਈ ਹੈ। ਅਤੇ ਇਹਦੇ ਕਿੰਨੇ ਪੈਸੇ ਜੀ? 2 ਲੱਖ ਰੁਪਈਆ। 2 ਲੱਖ ਰੁਪਈਆ, ਨੰਬਰ ਵੀਰ ਜੀ ਦੱਸੋ ਆਪਦਾ। 0341, ਹਾਂਜੀ, 3255, ਹਾਂਜੀ, 3355, 3355। ਲਓ ਜਨਾਬ ਮਾਸ਼ਾਅੱਲਾ ਜਾਨਵਰ ਤੁਹਾਨੂੰ ਅਸੀਂ ਦਿਖਾਏ ਨੇ, ਇਹ ਸੂਨ ਵਾਲੀ ਘੋੜੀ ਜੇ, 2 ਲੱਖ ਰੁਪਇਆ ਜਨਾਬ ਇਹਦੀ ਕੀਮਤ ਕਰਦੇ ਜੀ। 7ਵਾਂ ਮਹੀਨਾ ਜੀ ਇਸ ਘੋੜੀ ਨੂੰ, ਅਸੀਂ ਘੋੜੀ ਤੁਹਾਨੂੰ ਦਿਖਾ ਦਿੰਦੇ ਹਾਂ, ਬਿਲਕੁਲ ਐਂਡ ਦੇ ਉੱਤੇ ਘੋੜੀ ਆਈ ਹੋਈ ਜੇ ਇਹ ਵੇਖੋ। ਅਤੇ ਅਗਰ ਤੁਸੀਂ ਗੱਭਣ ਲੈਣਾ ਚਾਹੁੰਦੇ ਹੋ ਘੋੜੀ ਤਾਂ ਤੁਸੀਂ ਲੈ ਸਕਦੇ ਜੇ, 2 ਲੱਖ ਰੁਪਈਏ ਦੇ ਵਿੱਚ ਕੋਈ ਪਿਆਰ ਮੁਹੱਬਤ ਹੋਰ ਵੀ ਹੋਵੇਗਾ। ਲਓ ਜੀ ਪਿਆਰ ਮੁਹੱਬਤ ਵਾਲਾ ਜੀ ਖਾਣਾ ਹੈਗਾ, ਅਤੇ ਇਹ ਜਿਹੜੀ ਮੁਸ਼ਕਲ ਹੈ ਤੁਹਾਨੂੰ ਇਹ ਵੀ ਮੁਸ਼ਕਲ ਵਿਖਾਤੀ, ਪੂਰੇ ਰੰਗ ਦੇ ਵਿੱਚ ਘੋੜਾ, ਪੂਰੇ ਰੰਗ 'ਚ ਜੀ ਆਪਦੇ ਕਲਰ ਦੇ ਵਿੱਚ ਕਾਲਾ ਬਿਲਕੁਲ। ਉਸ ਤੋਂ ਬਾਅਦ ਤੁਹਾਨੂੰ ਇਹ ਡਾਂਸਰ ਹੈ, ਅਗਰ ਤੁਸੀਂ ਡਾਂਸ ਵਾਲਾ ਘੋੜਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਡਾਂਸਰ ਘੋੜਾ ਵੀ ਤੁਹਾਡੇ ਤੁਹਾਨੂੰ ਇਹਨਾਂ ਕੋਲੋਂ ਮਿਲ ਸਕਦਾ ਮਾਸ਼ਾਅੱਲਾ। ਅਤੇ ਜਨਾਬ ਅਸੀਂ ਵਿਜ਼ਿਟ ਕਰ ਰਹੇ ਜਨਾਬ ਤਾਂਦਲਾ ਮੰਡੀ ਦਾ, ਅਤੇ ਤਾਂਦਲਾ ਮੰਡੀ ਦੇ ਵਿੱਚ ਮਾਸ਼ਾਅੱਲਾ ਤੁਹਾਨੂੰ ਅਸੀਂ ਪਿੱਛੋਂ ਵੀ ਜਾਨਵਰ ਤੁਹਾਨੂੰ ਦਿਖਾ ਦੇਣਾ। ਤੁਸੀਂ ਕਹੋ ਜੀ ਸਾਨੂੰ ਅੱਗੋਂ ਹੀ ਜਾਨਵਰ ਵਿਖਾਏ ਨੇ, ਤੁਸੀਂ ਪਿੱਛੋਂ ਤਾਂ ਸਾਨੂੰ ਜਾਨਵਰ ਵਿਖਾਏ ਹੀ ਨਹੀਂ, ਅਤੇ ਲਓ ਜਨਾਬ ਅਸੀਂ ਤੁਹਾਨੂੰ ਪਿੱਛੋਂ ਵੀ ਜਾਨਵਰ ਵਿਖਾ ਦਿੰਦੇ ਹਾਂ, ਇਹ ਜੇ ਜਾਨਵਰਾਂ ਦਾ ਪਿੱਛੋਂ ਦਾ ਵਿਊ ਇਹ ਦੇ, ਅਤੇ ਮਾਸ਼ਾਅੱਲਾ ਅੱਛੇ ਜਾਨਵਰ ਹੈਗੇ ਜੇ, ਅਤੇ ਇਹ ਭਾਈ ਉਰੇ ਵਪਾਰੀ ਹੈਗੇ ਜੇ। ਅਤੇ ਜਨਾਬ ਤੁਹਾਨੂੰ ਅਸੀਂ ਜਾਨਵਰ ਵਿਖਾਉਂਦੇ ਹਾਂ, ਪਿੱਛੋਂ ਟਾਕ ਵੇਖ ਲਓ, ਪਿੱਛੋਂ ਪੈਰ ਪੂਰ ਮਾਸ਼ਾਅੱਲਾ, ਤੁਸੀਂ ਹਰ ਤਰੀਕੇ ਦੇ ਨਾਲ ਤੁਸੀਂ ਜਾਨਵਰ ਨੂੰ ਚੈੱਕ ਕਰ ਸਕਦੇ ਜਨਾਬ। ਮੇਰੀ ਕੋਸ਼ਿਸ਼ ਹੁੰਦੀ ਹੈ ਜਨਾਬ ਵੀਡੀਓ ਦੇ ਵਿੱਚ ਹਰ ਚੀਜ਼ ਤੁਹਾਨੂੰ ਦੱਸ ਦਿੱਤੀ ਜਾਵੇ, ਵਿਖਾ ਦਿੱਤੀ ਜਾਵੇ, ਤਾਂ ਕਿ ਤੁਹਾਨੂੰ ਲੈਣ ਦੇ ਵਿੱਚ ਜਨਾਬ ਆਸਾਨੀ ਹੋ ਜਾਵੇ, ਔਰ ਜਿੰਨੀ ਵੀ ਹੋ ਸਕਦਾ ਮੇਰੇ ਤਰਫੋਂ ਇਨਫੋਰਮੇਸ਼ਨ ਜਿਹੜੀ ਮੈਂ ਦੇ ਸਕਦਾ ਜਨਾਬ ਉਹ ਮੈਂ ਤੁਹਾਡੀ ਖਿਦਮਤ ਦੇ ਵਿੱਚ ਇਨਫੋਰਮੇਸ਼ਨ ਦੇ ਦੇਣਾ। ਅਤੇ ਨੰਬਰ ਜਨਾਬ ਇਨਸ਼ਾਅੱਲਾ ਤਾਲਾ ਤੁਹਾਨੂੰ ਅਸੀਂ ਨੰਬਰ ਸ਼ੇਅਰ ਕਰਨਾ, ਨੰਬਰ ਦੱਸ ਨਾ ਅਜ਼ਰ ਦਾ, ਅਤੇ ਅਜ਼ਰ ਆ ਵੀ ਤੇਰਾ, ਇਹ ਕਿੰਨੇ ਦਾ? ਕਿੰਨੇ ਮਹੀਨੇ ਦਾ? 5 ਮਹੀਨਿਆਂ ਦਾ ਜੀ। ਅਜ਼ਰ ਕੋਲ ਬੱਚਾ ਵੀ ਖਲੋਤਾ ਜੇ, 80,000 ਰੁਪਇਆ ਜਨਾਬ ਇਹਦਾ ਜਿਹੜਾ ਨਾ ਉਹ ਮੁੱਲ ਕਰਦੇ ਪੈ ਜੇ। ਅਤੇ ਜੇਕਰ ਕੋਈ ਰੱਖਣ ਵਾਸਤੇ ਕੋਈ ਲੈਣਾ ਚਾਹੁੰਦਾ ਹੋਵੇ, ਕੋਈ ਬੱਚਾ ਬੁੱਚਾ ਪਾਲਣ ਵਾਸਤੇ, ਤਾਂ ਤੁਸੀਂ ਉਹ ਵੀ ਜਨਾਬ ਤੁਸੀਂ ਲੈ ਸਕਦੇ ਜੇ। ਅਤੇ ਇਜਾਜ਼ਤ ਚਾਹੁੰਦੇ ਜੀ, ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ, ਅਤੇ ਵੀਡੀਓ ਦੇ ਬਾਰੇ 'ਚ ਤੁਸੀਂ ਜ਼ਰੂਰ ਤੁਸੀਂ ਦੱਸ ਦਿਆ ਜੇ ਕਿ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਇਜਾਜ਼ਤ ਚਾਹੁੰਦਾ ਜੀ, ਅੱਲਾ ਹਾਫਿਜ਼।